परम सत्कारयोग साथ संगे जी सारी ही रसना पवित्र करिए आखिए तान श्री सतगुरु प्रताप सिंह जी तान श्री सतगुरु जगजीत सिंह जी तान श्री सतगुरु उदय सिंह जी साथ संगे जी अज की साखी का लेख है दीन दरद दुख पंजना घट घट नाथ अनाथ ए साखी संबंधित है ਬੀਬੀ ਹਰਬੰਸ ਗੌਰ ਪਤਨੀ ਸਤ ਗਿਆਨ ਸਿੰਘ ਜੀ ਬੀਬੀ ਜੀ ਦੱਸਦੇ ਹਨ ਕਿ ਵਾਤਾ 1949 ਦੀ ਹੈ ਇੱਕ ਸਮੇਂ ਬਹੁਤ ਬਰਸਾਤਾ ਹੋਇਆ ਬੜੇ ਹੜ੍ਹ ਆਏ ਬੀਬੀ ਜੀ ਦੇ ਮਕਾਨ ਦੀਆਂ ਕੰਧਾਂ ਵੀ ਜ਼ਮੀਨ ਵੀ ਇੱਜਤ ਧੱਸ ਗਈਆਂ ਕੰਧ ਅਤੇ ਛੱਤਾਂ ਵਿੱਚ 5-6 ਉਂਗਲਾਂ ਦੀ ਵਿੱਤ ਪੈ ਗਈ ਡਰ ਪੈਦਾ ਹੋ ਗਿਆ ਕਿ ਛੱਤ ਵੀ ਡਿੱਗ ਪਵੇਗੀ ਦਰਵਾਜ਼ਾ ਵੀ ਕੜਕੜ ਕਰਨ ਲੱਗ ਪਿਆ ਘਰ ਦੇ ਵਿੱਚ ਵੀ ਗੋਡੇ-ਗੋਡੇ ਪਾਣੀ ਖੜਾ ਹੋ ਗਿਆ। ਪਾਣੀ ਵਿੱਚ ਸੱਪ ਫਿਰਨ ਲੱਗ ਪਏ। ਪਰ ਉਹ ਸੱਪ ਕੰਨੇ ਕੁਝ ਨਹੀਂ ਸਨ। ਬਰਸਾਤ ਲਗਾਤਾਰ ਹੋਈ ਜਾ ਰਹੀ ਸੀ। ਬੜਾ ਭਿਆਨਕ ਸਮਾਂ ਬਣ ਗਿਆ। ਇਹੋ ਜੇ ਵੇਲੇ ਇਕੋ ਇੱਕ ਆਸਰਾ ਸਾਧਗੁਰੂ ਜੀ ਦਾ ਹੀ ਰਹਿ ਗਿਆ। ਬੀਬੀ ਜੀ ਦੇ ਘਰ ਦੇ ਸਾਰੇ ਜੀ ਬੈਠ ਕੇ ਸਾਗੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਧਿਆਨ ਲਾ ਕੇ ਅਰਦਾਸਾਂ ਕਰਨ ਲੱਗ ਪਏ ਕਿ हे ਗਰੀਬ ਨਿਵਾਜ ਬਿਰਤ ਬਾਲਕ ਸਮਰਾਟ ਸਤਗੁਰ ਜੀ ਇਸ ਔਖੇ ਸਮੇ ਸਾਡੀ ਸਹਾਇਤਾ ਕਰੋ ਜੀ ਬੀਬੀ ਜੀ ਵੀ ਬੈਠ ਕੇ ਅੱਖਾਂ ਮੀਟ ਕੇ ਭਜਨ ਕਰਨ ਲੱਗ ਪਏ ਭਜਨ ਕਰਦਿਆਂ ਕਰਦਿਆਂ ਉਹਨਾਂ ਨੂੰ ਸਾਗੂ ਪ੍ਰਤਾਪ ਸਿੰਘ ਜੀ ਦੀ ਕੁਝ ਇਸ ਤਰ੍ਹਾਂ ਦੀ ਆਵਾਜ਼ ਸੁਣਾਈ ਦਿੱਤੀ ਸਿੱਖੋ ਤੁਹਾਨੂੰ ਮਰਨ ਨਹੀਂ ਦਿੰਦੇ ਸਿੱਖਾਂ ਨੇ ਮੈਨੂੰ ਭਾਜੜ ਬਾਈ ਹੋਈ ਹੈ ਬੀਬੀ ਜੀ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਹਨਾਂ ਨੂੰ ਸਾਹਮਣੇ ਸਾਧਗੁਰੂ ਪਟਾਪ ਸਿੰਘ ਜੀ ਦੇ ਦਰਸ਼ਨ ਹੋਏ ਸਾਧਗੁਰੂ ਜੀ ਨੇ ਇੱਕ ਛੇਰਾ ਹੀ ਪਾਇਆ ਹੋਇਆ ਸੀ ਹੋਰ ਕੋਈ ਵੀ ਬਸਤਰ ਨਹੀਂ ਸੀ ਸਾਧਗੁਰੂ ਜੀ ਛੱਤ ਦੇ ਥੱਲੇ ਆਪਣਾ ਪਵਿੱਤਰ ਸੀਸ ਰੱਖ ਕੇ ਖਲੋਤੇ ਹੋਏ ਸਨ ਬਸ ਇੰਨਾ ਬਚਨ ਕਰਕੇ ਸਾਧਗੁਰੂ ਜੀ ਅਲੋਪ ਹੋ ਗਏ ਨਾਲ ਹੀ ਆਪਣੀ ਸਿੱਖਾਂ ਦੀ ਚਿੰਤਾ ਵੀ ਦੂਰ ਕਰ ਗਏ ਸਾਧਗੁਰੂ ਜੀ ਦੀ ਐਸੀ ਕਿਰਪਾ ਹੋਈ ਕਿ ਛੱਤ ਨੂੰ ਕੁਝ ਨਹੀਂ ਹੋਇਆ ਕੰਦਾ ਤੇ ਬੂਹੇ ਬਾਰੀਏ ਨੂੰ ਵੀ ਕੁਝ ਨਹੀਂ ਹੋਇਆ ਬੀਬੀ ਜੀ 15-20 ਸਾਲ ਉਸੇ ਮਕਾਨ ਵਿੱਚ ਉਸੇ ਤਰ੍ਹਾਂ ਹੀ ਰਹਿੰਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਮਰੇ ਨੂੰ ਪੱਕਾ ਬਣਵਾਇਆ ਧੰਨ ਧਨ ਹਨ ਕਰਨ ਕਾਰਨ ਸਮਰਾਟ ਸਿਖਾ ਨੇ ਰਾਕੇ ਕਿਰਪਾ ਨਿਧਾਨ ਗਰੀਬਾਂ ਨੂੰ ਨਿਵਾਜਣ ਵਾਲੇ ਅਕਾਲ ਪੁਰਖ ਦਾ ਸਰਗੁਣ ਸਰੂਪ ਅਟਲ ਪ੍ਰਤਾਪੀ ਸਾਗੁਰ ਪ੍ਰਤਾਪ ਸਿੰਘ ਜੀ ਇੱਕ ਹੋਰ ਸਾਖੀ ਹੈ ਪੀਰਾਂ ਦੀ ਪੀਰ ਸਾਧਗੁਰੂ ਪ੍ਰਤਾਪ ਸਿੰਘ ਜੀ ਬੜੇ ਮੁਸਲਮਾਨ ਸਾਗੂ ਪ੍ਰਤਾਪ ਸਿੰਘ ਜੀ ਦੇ ਮুরিਦ ਸਨ ਉਹ ਸਾਧਗੁਰੂ ਜੀ ਨੂੰ ਪੀਰ ਮੰਨਦੇ ਸਨ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਵਾਰਤਾ ਹੈ ਇੱਕ ਮੁਸਲਮਾਨ ਜਿਸ ਦਾ ਨਾਮ ਮੀਆਂ ਮੀਰਸੀ ਮੁਸਲਮਾਨ ਉਹਨਾਂ ਨੂੰ ਆਪਣਾ ਪੀਰ ਮੰਨਦੇ ਸਨ ਪਰ ਉਹ ਸਾਗੂ ਪ੍ਰਤਾਪ ਸਿੰਘ ਜੀ ਨੂੰ ਆਪਣਾ ਪੀਰ ਮੰਨ ਕੇ ਮੱਥਾ ਟੇਕਦੇ ਸੀ ਉਸਦੇ ਵਾਲ ਇੰਨੇ ਲੰਮੇ ਸਨ ਕਿ ਚੌਂਕੜਾ ਮਾਰ ਕੇ ਬੈਠਿਆਂ ਦੇ ਥੱਲੇ ਜ਼ਮੀਨ ਤੇ ਲੱਗਦੇ ਸਨ ਅਤੇ ਦਾੜਾ ਗੋਡਿਆਂ ਤੱਕ ਲੰਮਾ ਸੀ ਉਹ 2 ਵਜੇ ਸਵੇਰੇ ਕੇ ਸ਼ਿਸ਼ਣਾਨ ਕਰਦਾ ਅਤੇ ਸਰੀਰ ਦਾ ਕੋਈ ਰੋਮ ਨਹੀਂ ਸੀ ਕੱਟਦਾ ਉਹ ਸਤਗੁਰ ਪਤਾਪ ਸਿੰਘ ਜੀ ਦੇ ਕੋਲ ਦਰਸ਼ਨ ਕਰਨ ਆਉਂਦਾ ਸੀ ਉਹਨੇ ਜਦੋਂ ਆਣਾ ਤਾਂ ਸਤਗੁਰ ਜੀ ਨੇ ਉਹਨੂੰ ਆਪਣੀ ਮੇੜੀ ਬਿਠਾਉਣਾ ਉਹਨੇ ਨੇੜੇ ਬੈਠ ਕੇ ਇਹ ਹੀ ਕਹੀ ਜਾਣਾ ਕਿ ਸੱਚੇ ਪਾਤਸ਼ਾਹ ਜੀ ਮੇਰ ਕਰੋ ਮੇਰ ਕਰੋ ਪਾਤਸ਼ਾਹੀ ਮੇਰ ਕਰੋ ਸਾਗੂ ਜੀ ਨੇ ਬਚਨ ਕਰਨਾ ਕਿ ਮੀਆਂ ਮੀਰ ਜੀ ਤੁਹਾਡੇ ਤੇ ਅੱਗੇ ਬਹੁਤ ਮੇਰ ਹੈ ਇੱਕ ਸਮੇਂ ਮਸਜਿਦ ਵਿੱਚ ਮੁਸਲਮਾਨਾਂ ਦੀ ਮੀਟਿੰਗ ਹੋਈ ਮੀਆਂ ਮੀਰ ਜੀ ਵੀ ਵਿੱਚ ਬੈਠੇ ਹੋਏ ਸਨ ਮੁਸਲਮਾਨ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਪੀਰ ਮੰਨਦੇ ਹਾਂ ਤੁਸੀਂ ਕੁੱਕਿਆਂ ਦੇ ਗੁਰੂ ਨੂੰ ਮੰਨਦੇ ਹੋ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਗੁਰੂ ਨਾਨਕ ਦੇ ਰੂਪ ਨੂੰ ਮੰਨਦਾ ਹਾਂ ਸਾਗੂ ਪ੍ਰਤਾਪ ਸਿੰਘ ਜੀ ਉਹਨਾਂ ਦਾ ਹੀ ਰੂਪ ਹਨ ਪਰ ਉਹ ਨਾ ਮੰਨੇ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਮੀਆਂ ਮੀਰ ਜੀ ਨੂੰ ਇਸ ਗੱਲ ਤੇ ਬੜਾ ਗੁੱਸਾ ਚੜ ਗਿਆ। ਉਹ ਕਹਿਣ ਲੱਗੇ ਕਿ ਤੁਸੀਂ ਮੈਨੂੰ ਗੁੱਸਾ ਚੜਾਇਆ ਹੈ। ਮੈਂ ਜਿਹੜੀ ਗੱਲ ਨਹੀਂ ਸਾਂ ਕਹਿਣਾ ਚਾਹੁੰਦਾ ਉਹ ਕਹਿ ਰਿਹਾ ਹਾਂ। ਸਾਡੀ ਦੂਸਰੀ ਮੀਟਿੰਗ ਇਸੇ ਮਸਜਿਦ ਵਿੱਚ 1 ਮਹੀਨੇ ਬਾਅਦ ਹੋਣੀ ਹੈ। ਉਸ ਮੀਟਿੰਗ ਵਿੱਚ ਅਸੀਂ 40 ਜਣੇ ਬੈਠਾਂਗੇ। ਜੇ ਸਰਗੁਪਰਤਾਪ ਸਿੰਘ ਜੀ ਸੱਚੇ ਵੀਰ ਹਨ ਤਾਂ ਦੂਸਰੇ ਮੁਸਲਮਾਨ ਵੇਖਣਗੇ ਕਿ ਇਹ ਮਸਜਿਦ ਡਿੱਗ ਪਵੇਗੀ। 39 ਬੰਦੇ ਮਰ ਜਾਣਗੇ ਮੈਂ ਬਚ ਜਾਵਾਂਗਾ ਪਰ ਮੇਰੀਆਂ ਲੱਤਾਂ ਟੁੱਟ ਜਾਣਗੀਆਂ ਸੂਇਸੀਟ ਰਹੀ ਹੋਇਆ 1 ਮਹੀਨੇ ਬਾਅਦ ਉਸੇ ਮਸਜਿਦ ਵਿੱਚ ਮੁਸਲਮਾਨਾਂ ਦੀ ਮੀਟਿੰਗ ਹੋਈ ਉਸ ਮੀਟਿੰਗ ਵਿੱਚ 40 ਜਣੇ ਸ਼ਾਮਿਲ ਹੋਏ ਮਸਜਿਦ ਡਿੱਗ ਪਈ 39 ਜਣੇ ਮਾਰੇ ਗਏ ਮੀਆਂ ਮੀਰ ਜੀ ਬਚ ਗਏ ਪਰ ਉਹਨਾਂ ਦੀਆਂ ਲੱਤਾਂ ਟੁੱਟ ਗਈਆਂ ਇਸ ਤੋਂ ਕੁਝ ਸਮਾਂ ਬਾਅਦ ਸਾਗੂਪਾ ਟਾਪ ਸਿੰਘ ਜੀ ਨੇ ਕੱਕੜਾ ਪਿੰਡ ਦਰਸ਼ਨ ਦਿੱਤੀ ਮੀਆਂ ਮਿਰਜੇ ਕੋੜੀ ਤੇ ਝਾੜ ਕੇ ਆਏ ਕੋੜੀ ਤੋਂ ਉਤਰ ਕੇ ਇੱਕ ਸੇਵਕ ਨੇ ਮੋਢਿਆਂ ਤੇ ਝਾੜ ਕੇ ਆਏ ਅਟੇ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਾਗੂ ਪ੍ਰਤਾਪ ਸਿੰਘ ਜੀ ਨੇ ਪੁੱਛਿਆ ਕਿ ਮੀਆਂ ਮਿਰਜੇ ਤੁਹਾਡੀਆਂ ਲੱਤਾਂ ਨੂੰ ਕੀ ਹੋਇਆ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਸੂਰ ਆਪ ਜੀ ਨੂੰ ਹੀ ਕਿ ਸੂਰ ਆਪ ਜੀ ਨੂੰ ਨਹੀਂ ਮੰਨ ਮੰਦੇ ਨਹੀਂ ਸਨ ਮੰਦੇ ਉਹਨਾਂ ਨੇ ਮੁਸਲਮਾਨਾਂ ਨੂੰ ਗੁੱਸੇ ਨਾਲ ਸੂਰ ਆਖਿਆ ਉਹਨਾਂ ਨੇ ਮੈਨੂੰ ਗੁੱਸਾ ਚੜਾ ਦਿੱਤਾ ਅਤੇ ਮੈਂ ਆਖਿਆ ਕਿ 1 ਮਹੀਨੇ ਬਾਅਦ ਇਸੇ ਮਸਜਿਦ ਵਿੱਚ ਸਾਡੀ ਮੀਟਿੰਗ ਹੋਣੀ ਹੈ ਮਸਜਿਦ ਡਿੱਗ ਪਵੇਗੀ 43 ਜਣੇ ਮਰ ਜਾਣਗੇ ਮੈਂ ਬਚ ਜਾਵਾਂਗਾ ਪਰ ਮੇਰੀਆਂ ਲੱਤਾਂ ਟੁੱਟ ਜਾਣਗੀਆਂ ਮੇਰੀਆਂ ਲੱਤਾਂ ਉਦੋਂ ਦੀਆਂ ਹੀ ਟੁੱਟੀਆਂ ਹੋਈਆਂ ਹਨ ਤਨ ਹਨ ਪੀਰਾਂ ਦੇ ਪੀਰ ਅਤੇ ਵਲੀਆਂ ਦੇ ਵਲੀ ਸਾ ਗੁਰੂ ਪ੍ਰਤਾਪ ਸਿੰਘ ਜੀ ਸਾਡੇ ਉਹਨਾਂ ਦੇ ਚਰਨਾਂ 'ਤੇ अनेक अनेकारी वंदना है सारे याक लिए तान श्री सतगुरु प्रताप सिंह जी तान श्री सतगुरु जगजीत सिंह जी